ਇਹਦਾ ਬੂਸਟਰ ਵੀ ਹੈ ਜਿਹੜਾ ਉਹ 1 ਮਹੀਨੇ ਬਾਅਦ ਲੱਗੂਗਾ। ਸੋ ਇਸ ਬਿਮਾਰੀ ਦਾ ਆਪਾਂ ਨੂੰ ਵੈਕਸੀਨ ਕਰਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਵਧੀਆ ਜਾਣਕਾਰੀ ਦੇਣੀ ਹੈ ਜੀ, ਜਿਹੜੇ ਵੀਰ ਭਰਾ ਪਸ਼ੂ ਰੱਖਦੇ ਆ, ਸ਼ੌਂਕ ਰੱਖਦੇ ਆ ਪਸ਼ੂ ਪਾਲਣ ਦਾ, ਸੋ ਉਹਨਾਂ ਵਾਸਤੇ ਇਹ ਬਹੁਤ ਵਧੀਆ ਜਾਣਕਾਰੀ ਹੈ। ਜਿਹੜੇ ਵੀਰ ਭਰਾ ਆਪਣੇ ਵੱਡੇ ਫਾਰਮ ਵਾਲੇ ਆ, ਉਹਨਾਂ ਨੂੰ ਤਾਂ ਲਗਭਗ ਸਾਰਿਆਂ ਨੂੰ ਹੀ ਜਾਣਕਾਰੀ ਹੁੰਦੀ ਹੈ, ਅਤੇ ਜਿਹੜੇ ਛੋਟੇ ਵੀਰ ਭਰਾ ਕੰਮ ਕਰਦੇ ਆ ਪਸ਼ੂਆਂ ਦਾ, ਅਤੇ ਉਹਨਾਂ ਵਾਸਤੇ ਆਪਾਂ ਇਹ ਬਹੁਤ ਵਧੀਆ ਵੀਡੀਓ ਆ, ਜਾਣਕਾਰੀ ਵਾਲੀ ਵੀਡੀਓ ਆ। ਚੰਗੀ ਲੱਗੇ ਤਾਂ ਅੱਗੇ ਦੋਸਤਾਂ ਤੱਕ ਜ਼ਰੂਰ ਭੇਜ ਦਿਓ, ਤਾਂ ਜੋ ਹਰੇਕ ਬੰਦੇ ਨੂੰ ਇਸ ਚੀਜ਼ ਦੀ ਜਿਹੜੀ ਆ ਜਾਣਕਾਰੀ ਆ ਉਹ ਹੋ ਜੇ। ਸੋ ਆਪਾਂ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ, ਜਿਹੜੀ ਵੈਕਸੀਨ ਹੁੰਦੀ ਆ, ਵੀ ਵੈਕਸੀਨ ਆ ਕਦੋਂ ਕਦੋਂ ਕਰਾਉਣੀ ਚਾਹੀਦੀ ਹੈ, ਕਿਹੜੀ ਕਿਹੜੀ ਵੈਕਸੀਨ ਕਰਾਉਣੀ ਚਾਹੀਦੀ ਹੈ, ਕਿਹੜੀ ਸਟੇਜ 'ਤੇ ਕਰਾਉਣੀ ਚਾਹੀਦੀ ਹੈ, ਠੀਕ ਹੈ ਜੀ। ਇਸ ਲਈ ਆਪਾਂ ਸਭ ਤੋਂ ਪਹਿਲਾਂ ਲਿਖਿਆ ਇਹਦੇ ਵਿੱਚ ਬਿਮਾਰੀ ਦਾ ਨਾਮ, ਵੀ ਕਿਹੜੀ ਬਿਮਾਰੀ ਲਈ ਆਪਾਂ ਵੈਕਸੀਨ ਲਾਉਣੀ ਹੈ। ਫਿਰ ਪਹਿਲੀ ਖੁਰਾਕ ਜਿਹੜੀ ਜਦੋਂ ਆਪਾਂ ਦੇਣੀ ਆ, ਉਹਦੇ ਦੀ ਉਮਰ ਆ ਜਿਹੜੀ ਉਹ ਪਸ਼ੂ ਦੀ ਕਦੋਂ ਕਿੰਨੀ ਹੋਣੀ ਚਾਹੀਦੀ ਹੈ। ਫਿਰ ਉਹਨੂੰ ਬੂਸਟਰ ਕਦੋਂ ਲਵਾਉਣਾ, ਆਪਾਂ ਬੂਸਟਰ ਦਾ ਮਤਲਬ ਹੁੰਦਾ ਵੀ ਜਿਹੜੀ ਪਹਿਲਾਂ ਆਪਾਂ ਖੁਰਾਕ ਉਹਨੂੰ ਦਿੱਤੀ ਹੈ ਉਹਦੀ ਰਿਕਵਰੀ ਜਾਂ ਉਹਨੂੰ ਹੋਰ ਬੂਸਟ ਕਰਦੀ ਹੈ, ਮਤਲਬ ਜੇ ਕੋਈ ਇਨਫੈਕਸ਼ਨ ਹੁੰਦੀ ਹੈ ਤਾਂ ਉਹਨੂੰ ਹੋਰ ਵੀ ਸਹੀ ਰੱਖਦੀ ਹੈ ਉਹ, ਠੀਕ ਹੈ ਜੀ। ਫਿਰ ਉਹਦੀ ਅਗਲੀ ਖੁਰਾਕ ਆ ਜਾਂਦੀ ਆ। ਸੋ ਸਭ ਤੋਂ ਪਹਿਲਾਂ ਆਪਾਂ ਮੂੰਹ ਖੁਰ ਦੀ ਗੱਲ ਕਰਦੇ ਹਾਂ, ਜਿਹਨੂੰ ਆਪਾਂ FMD ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਮੂੰਹ ਖੁਰ ਦੇ ਵਿੱਚ ਮੂੰਹ 'ਤੇ ਸਾਲੇ ਹੋ ਜਾਂਦੇ ਆ ਜੀ, ਮੂੰਹ ਦੇ ਵਿੱਚ ਅੱਗੇ ਸਾਹ ਨਾਲੀ ਦੇ ਵਿੱਚ ਹੋ ਜਾਂਦੇ ਆ, ਖੁਰਾਂ ਦੇ ਵਿੱਚ ਸਾਲੇ ਹੋ ਜਾਂਦੇ ਆ, ਅਤੇ ਜਿਹਦੇ ਕਰਕੇ ਪਸ਼ੂ ਦਾ ਬੁਖਾਰ ਵੀ ਉਹ 105-105 ਰਹਿਣ ਲੱਗ ਜਾਂਦਾ ਗਾ, ਅਤੇ ਪਸ਼ੂ ਬਿਮਾਰ ਬਹੁਤ ਜ਼ਿਆਦਾ ਹੋ ਜਾਂਦਾ ਗਾ। ਇਹਦੀ ਜਿਹੜੀ ਪਹਿਲੀ ਵੈਕਸੀਨ ਹੈ ਉਹ ਆਪਾਂ 4 ਮਹੀਨੇ ਤੋਂ ਬਾਅਦ ਜਾਂ ਆਪਾਂ ਉਸ ਤੋਂ ਬਾਅਦ ਲਵਾ ਸਕਦੇ ਹਾਂ, ਜਦੋਂ 4 ਮਹੀਨੇ ਦਾ ਆਪਣਾ ਜਾਨਵਰ ਹੋ ਗਿਆ ਉਦੋਂ, ਅਤੇ ਜਾਂ ਉਸ ਤੋਂ ਬਾਅਦ ਉੱਪਰ ਜਿਹੜੀ ਉਹਦੀ ਉਮਰ ਹੋਊਗੀ ਉਦੋਂ ਆਪਾਂ ਲਵਾ ਸਕਦੇ ਹਾਂ। ਜਿਹੜਾ ਇਹਦਾ ਬੂਸਟਰ ਲੱਗਣਾ ਗਾ ਉਹ ਜਿਹੜੀ ਜਦੋਂ ਆਪਾਂ ਖੁਰਾਕ ਦੇ ਤੀ, ਇਹਨੂੰ ਪਹਿਲੀ ਖੁਰਾਕ ਦੇ ਤੀ, ਉਸ ਤੋਂ 1 ਮਹੀਨੇ ਬਾਅਦ ਇਹਦਾ ਬੂਸਟਰ ਲੱਗਣਾ ਗਾ, ਠੀਕ ਹੈ ਜੀ। ਇਹ ਹੋਰ ਰਿਕਵਰ ਹੋਊਗਾ, ਹੋਰ ਫਾਇਦਾ ਹੋਊਗਾ ਆਪਾਂ ਨੂੰ ਜਦੋਂ ਆਪਾਂ ਬੂਸਟਰ ਲਵਾਵਾਂਗੇ। ਜਿਹੜੀ ਉਹਦੀ ਅਗਲੀ ਖੁਰਾਕ ਉਹ 6 ਮਹੀਨਿਆਂ ਬਾਅਦ ਲੱਗਣੀ ਹੈ, ਯਾਨੀ ਕਿ ਸਾਲ ਦੇ ਵਿੱਚ ਇਹ 2 ਵਾਰੀ ਲੱਗਣੀ ਹੈ, ਠੀਕ ਹੈ ਜੀ। ਮੂੰਹ ਖੁਰ ਆਪਣੇ ਪਸ਼ੂਆਂ ਨੂੰ ਕਦੇ ਨਹੀਂ ਆਊਗਾ, ਅਤੇ ਇਹ ਬਿਮਾਰੀ ਤੋਂ ਆਪਾਂ ਬਹੁਤ ਬਚੇ ਰਹਾਂਗੇ। ਸੈਕਿੰਡ ਹੈਗੀ ਹੈ ਜੀ ਗਲਘੋਟੂ, ਠੀਕ ਹੈ। ਗਲਘੋਟੂ ਦੇ ਵਿੱਚ ਇਹ ਵੀ ਮਤਲਬ ਗਲ ਦੀ ਪ੍ਰੋਬਲਮ ਆ ਜਾਂਦੀ ਹੈ ਪਸ਼ੂ ਨੂੰ, ਇਹਦੇ ਵਿੱਚ ਵੀ ਪਸ਼ੂ ਬਿਮਾਰ ਰਹਿਣ ਲੱਗ ਜਾਂਦਾ, ਜ਼ਿਆਦਾ ਪੱਠਾ ਨਾ ਦਾਣਾ ਚਾਰਾ ਨੀਰਾ ਸਭ ਕੁਝ ਛੱਡ ਜਾਂਦਾ ਪਸ਼ੂ। ਇਹਦੀ ਜਿਹੜੀ ਪਹਿਲੀ ਖੁਰਾਕ ਲੱਗਦੀ ਆ ਉਹ 6 ਮਹੀਨੇ ਤੋਂ ਜਦੋਂ ਪਲੱਸ ਹੋ ਗਿਆ ਪਸ਼ੂ, ਜਾਂ ਇਹਦੇ ਜਦੋਂ ਉੱਪਰ ਹੋ ਗਿਆ, ਠੀਕ ਹੈ ਜੀ, 6 ਮਹੀਨੇ ਦਾ ਹੋ ਗਿਆ ਪਸ਼ੂ ਜਾਂ ਉਸ ਤੋਂ ਉੱਪਰ, ਇਹਦਾ ਬੂਸਟਰ ਵੀ ਹੈ ਜਿਹੜਾ ਉਹ 1 ਮਹੀਨੇ ਬਾਅਦ ਲੱਗੂਗਾ, ਠੀਕ ਹੈ ਜੀ। ਇਹ ਵਿਸ਼ੇਸ਼ ਖੇਤਰਾਂ ਵਿੱਚ ਸਲਾਨਾ ਲੱਗਦੀ, ਮਤਲਬ ਸਾਲ ਬਾਅਦ ਇਹ ਜਿਹੜੀ ਵੈਕਸੀਨ ਉਹ ਲੱਗਦੀ ਹੈ। ਇੱਕ ਗੱਲ ਮੈਂ ਹੋਰ ਕਹਿੰਦਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਜਿਹੜੀ ਵੈਕਸੀਨ ਵਗੈਰਾ ਆਉਂਦੀਆਂ ਰਹਿੰਦੀਆਂ ਨੇ, ਤਾਂ ਤੁਸੀਂ ਪਤਾ ਕਰਦੇ ਰਿਹਾ ਕਰੋ, ਸਰਕਾਰੀ ਹਸਪਤਾਲਾਂ ਦਾ ਫਾਇਦਾ ਜ਼ਰੂਰ ਲਵੋ। ਉਸ ਤੋਂ ਆ ਜਾਂਦਾ ਜੀ ਬਾਅਦ ਲੰਗੜਾ ਬੁਖਾਰ, ਠੀਕ ਹੈ। ਇਹਦੇ ਵਿੱਚ ਪਸ਼ੂ ਲੰਗ ਮਾਰ ਲੱਗ ਜਾਂਦਾ, ਪਸ਼ੂ ਨੂੰ ਬੁਖਾਰ ਜ਼ਿਆਦਾ ਰਹਿਣ ਲੱਗ ਜਾਂਦਾ, ਅਤੇ ਦਾਣਾ ਚਾਰਾ ਪਸ਼ੂ ਛੱਡ ਜਾਂਦਾ ਗਾ। ਇਹਦੀ ਵੀ ਜਿਹੜੀ ਖੁਰਾਕ ਆ ਉਹ ਪਹਿਲੀ ਡੋਜ਼ ਲੱਗਦੀ ਆ ਜਦੋਂ ਪਸ਼ੂ 6 ਮਹੀਨੇ ਦਾ ਹੋ ਗਿਆ, ਜਾਂ ਇਸ ਤੋਂ ਉੱਪਰ ਆਪਾਂ ਲਵਾ ਸਕਦੇ ਹਾਂ। ਇਹਦਾ ਜਿਹੜਾ ਬੂਸਟਰ ਆ ਉਹ ਵੀ 1 ਮਹੀਨੇ ਬਾਅਦ ਇਹਦਾ ਬੂਸਟਰ ਆ ਜਿਹੜਾ ਉਹ ਲੱਗਦਾ ਗਾ। ਇਹ ਵੀ ਸਾਲ ਦੇ ਵਿੱਚ 1 ਵਾਰੀ ਲੱਗਦੀ ਹੈ, ਜਾਂ ਆਪਾਂ ਕਹਿ ਦਈਏ ਵੀ ਸਾਲ ਬਾਅਦ ਰਿਪੀਟ ਹੁੰਦੀ ਹੈ ਇਹ। ਫਿਰ ਆ ਜਾਂਦੀ ਜੀ ਬਰੂਸੀਲੋਸਿਸ, ਇਹ ਜਿਹੜੀ ਬਿਮਾਰੀ ਇਹ ਬਹੁਤ ਖਤਰਨਾਕ ਬਿਮਾਰੀ ਹੁੰਦੀ ਹੈ ਜੀ ਬਰੂਸੀਲੋਸਿਸ। ਭਾਵੇਂ ਇਹਦੇ ਚਾਂਸ ਬਹੁਤ ਜ਼ਿਆਦਾ ਘੱਟ ਹੁੰਦੇ ਆ ਹੋਣ ਦੇ, ਪਰ ਇਹ ਪਸ਼ੂਆਂ ਦੇ ਵਿੱਚ ਜੇ ਹੋ ਗਈ, ਨਾਲੇ ਤਾਂ ਜਿਹੜੇ ਪਸ਼ੂਆਂ ਦੇ ਕੋਲੇ ਰਹਿੰਦੇ ਆ, ਕਹਿਣ ਦਾ ਭਾਵ ਪਰਿਵਾਰ ਨੂੰ ਵੀ ਹੋ ਜਾਂਦੀ ਹੈ ਇਹ ਬਿਮਾਰੀ ਇੱਥੋਂ ਤੱਕ ਕਿ, ਠੀਕ ਹੈ ਜੀ। ਸੋ ਇਸ ਬਿਮਾਰੀ ਦਾ ਆਪਾਂ ਨੂੰ ਵੈਕਸੀਨ ਕਰਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਇੱਕ ਮੈਂ ਗੱਲ ਤੁਹਾਨੂੰ ਹੋਰ ਐਡ ਕਰਦਾ, ਮੇਨ ਜਿਹੜੀ ਹੈਗੀ ਆ ਵੀ ਜਦੋਂ ਆਪਾਂ ਇਹ ਵੈਕਸੀਨ ਕਰਾਉਣੀ ਆ ਪਸ਼ੂਆਂ ਦੀ, ਤਾਂ ਉਦੋਂ ਆਪਾਂ ਉਸ ਤੋਂ ਪਹਿਲਾਂ ਇਹਦਾ ਟੈਸਟ ਜ਼ਰੂਰ ਕਰਾਉਣਾ ਗਾ। ਕਈ ਵਾਰੀ ਕੀ ਹੁੰਦਾ ਕਿ ਜਦੋਂ ਆਪਾਂ ਵੈਕਸੀਨ ਕਰਵਾਤੀ, ਕਈ ਵਾਰੀ ਜਦੋਂ ਉਹਨਾਂ ਨੂੰ ਬਰੂਸੀਲੋਸਿਸ ਹੋਇਆ ਹੋਇਆ ਤਾਂ ਇਹਦੇ ਵਿੱਚ ਬਿਮਾਰੀ ਅੱਪ ਹੋਊਗੀ, ਘਟਦੀ ਨਹੀਂ ਗੀ। ਕਹਿਣ ਦਾ ਭਾਵ ਵੀ ਆਪਾਂ ਜਦੋਂ ਲਵਾਉਣੀ ਹੈ ਇਹ ਵੈਕਸੀਨ, ਤਾਂ ਉਸ ਤੋਂ ਪਹਿਲਾਂ ਟੈਸਟ ਕਰਾਉਣਾ ਜ਼ਰੂਰੀ ਹੈ ਪਸ਼ੂ ਦਾ, ਵੀ ਭਾਈ ਇਹ ਯੋਗ ਹੈਗਾ ਗਾ, ਵੀ ਨੈਗੇਟਿਵ ਆ ਰਿਹਾ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਕਿ ਆਪਾਂ ਲਵਾ ਦਈਏ, ਠੀਕ ਹੈ ਜੀ। ਸੋ ਇਹਦੀ ਜਿਹੜੀ ਲਵਾਉਣ ਦੀ ਸਥਿਤੀ ਹੁੰਦੀ ਹੈ ਉਹ 4 ਤੋਂ ਲੈ ਕੇ 8 ਮਹੀਨਿਆਂ ਦੇ ਵਿਚਕਾਰ ਆਪਾਂ ਲਵਾ ਸਕਦੇ ਹਾਂ, ਜਾਂ ਇਸ ਤੋਂ ਉੱਪਰ ਜਦੋਂ ਉਮਰ ਹੋ ਜਾਂਦੀ ਹੈ ਪਸ਼ੂ ਦੀ ਉਦੋਂ ਲਵਾ ਸਕਦੇ ਹਾਂ, ਠੀਕ ਹੈ। ਇਹ ਵੀ 1 ਮਹੀਨੇ ਬਾਅਦ ਇਹਦਾ ਬੂਸਟਰ ਲੱਗਦਾ ਗਾ, ਇਹ ਵੀ ਜ਼ਿੰਦਗੀ ਸਿਰਫ 1 ਵਾਰੀ ਲੱਗਦੀ ਹੈ ਪਸ਼ੂ ਨੂੰ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਆ ਜਾਂਦੀ ਜੀ ਥਲੇਰੀਆ, ਥਲੇਰੀਆ ਵਿੱਚ ਗਲਾਂ ਦੇ ਵਿੱਚ ਗੰਢਾਂ ਹੋ ਜਾਂਦੀਆਂ ਪਸ਼ੂ ਦੇ, ਤਾਂ ਇਹਦੀ ਜਿਹੜੇ ਜਦੋਂ 3 ਮਹੀਨੇ ਦਾ ਹੋ ਗਿਆ ਬੱਚਾ, ਉਸ ਤੋਂ ਬਾਅਦ ਇਹ ਆਪਾਂ ਲਵਾਉਂਦੇ ਹਾਂ, ਜਾਂ ਜਦੋਂ ਉੱਪਰ ਹੋ ਗਿਆ ਉਦੋਂ ਵੀ ਆਪਾਂ ਇਹ ਥਲੇਰੀਆ ਦੀ ਵੈਕਸੀਨ ਵਗੈਰਾ ਲਵਾਉਂਦੇ ਰਹਿੰਦੇ ਆਪਾਂ। ਇਹਦੀ ਵੀ 1 ਮਹੀਨੇ ਬਾਅਦ ਇਹਦਾ ਜਿਹੜਾ ਹੈਗਾ ਬੂਸਟਰ ਲੱਗਦਾ ਗਾ। ਅਤੇ ਜਿਹੜੀ ਆਪਣੀਆਂ ਮੰਨ ਲਓ ਕ੍ਰੋਸ ਬਰੀਡ ਹੁੰਦੀਆਂ ਨੇ ਜਾਂ HF ਗਾਵਾਂ ਹੁੰਦੀਆਂ ਨੇ, ਵਿਦੇਸ਼ੀ ਨਸਲਾਂ ਨੇ ਜਿਹੜੀਆਂ, ਉਹਨਾਂ ਨੂੰ ਇਹ ਜ਼ਿਆਦਾ ਲੋੜ ਪੈਂਦੀ ਹੈ ਇਹ ਲਵਾਉਣ ਦੀ, ਠੀਕ ਹੈ ਜੀ। ਫਿਰ ਹਲਕਾ ਆ ਜਾਂਦਾ ਗਾ ਜਦੋਂ ਜਾਨਵਰ ਕੱਟਿਆ, ਜਦੋਂ ਹਲਕੇ ਕੁੱਤੇ ਨੇ ਜਾਂ ਕਿਸੇ ਵੀ ਜਾਨਵਰ ਨੇ ਉਹਨੂੰ ਕੱਟ ਲਿਆ, ਤਾਂ ਹਲਕਾ ਤੋਂ ਬਾਅਦ ਹੀ ਮਤਲਬ ਆਪਾਂ ਇਹ ਨਾਲ ਦੀ ਨਾਲ ਲਾਉਣੀ ਹੈ ਇਹਦੀ ਵੈਕਸੀਨ। ਫਿਰ ਇਹਦੀ ਬੂਸਟਰ ਲੱਗੂ 4th ਦਿਨ, ਫਿਰ 7th ਅਤੇ 14th, 28th ਅਤੇ 90th ਦਿਨ ਆਪਾਂ ਇਹਨੂੰ ਲਵਾ ਸਕਦੇ।
ਸੋ ਇਹ ਵੈਕਸੀਨ ਸੀਗੀਆਂ ਜੀ, ਮੈਂ ਸੋਚਿਆ ਵੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਸਾਂਝੀ ਕੀਤੀ ਜਾਵੇ, ਵੀ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਉਹ ਉਹਨਾਂ ਦੋਸਤਾਂ ਨੂੰ ਵੀਰ ਭਰਾਵਾਂ ਨੂੰ ਉਹਨਾਂ ਨੂੰ ਪਤਾ ਜ਼ਰੂਰ ਲੱਗ ਜੇ। ਸੋ ਦੋਸਤੋ ਇਹ ਜਾਣਕਾਰੀ ਸੀਗੀ ਵੀ ਸੋਚਿਆ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ। ਜੇਕਰ ਕੋਈ ਕਮੀ ਰਹਿ ਗਈ ਹੋਵੇ, ਕੋਈ ਗੱਲਬਾਤ ਇੱਧਰ ਉੱਧਰ ਹੋ ਗਈ ਹੋਵੇ ਤਾਂ ਜਾਂ ਕੋਈ ਹੋਰ ਚੀਜ਼ ਐਡ ਕਰਨ ਵਾਲੀ ਹੋਵੇ ਤਾਂ ਤੁਸੀਂ ਉਹ ਚੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ, ਤਾਂ ਕਿ ਜਿਹੜੀ ਜਾਣਕਾਰੀ ਆ ਉਹ ਦੂਜੇ ਦੋਸਤਾਂ ਤੱਕ ਜ਼ਰੂਰ ਪਹੁੰਚ ਜੇ, ਅਤੇ ਕਿਉਂਕਿ ਜੋ ਜਾਣਕਾਰੀ ਆਪਾਂ ਵੰਡਾਂਗੇ ਤਾਂ ਇਹ ਹੋਰ ਵਧੂਗੀ। ਸੋ ਸਾਰਿਆਂ ਦਾ ਧੰਨਵਾਦ ਬਾਈ, ਥੈਂਕ ਯੂ, ਸ਼ੁਕਰੀਆ।